चोला साहब अधीन पेंदे पिंड चोला खुरद विच बीती रात करीब 10 अणपछाते लुटेरियां ने एक घर नू अपना निशाना बनाया। दसना बनता है कि लुटेरियां वल्लों घर विच दाखल होके परिवार नू बंदूक दी नोक उत्ते बंधक बना के गहने मोबाइल फोन अते नकदी दी लुट कीती। इस मौके पीड़ित ने दसिया कि बीती रात 10 लुटेरे उसके घर दाखल होए अते बंदूक दी नोक उत्ते दोवां पति पत्नी नू बंधक बना के लुट दी वारदात नू अंजाम दिता। इस दे नाल ही उसने दसिया कि लुटेरियां ने उसके घर भन्न तोड़ भी की। पीड़ित ने दसिया कि लुटेरे 2 तोले सोने दे सैट, 1 चेन, 3 मुंदरियां, 1 मोबाइल फोन अते 5,000 रुपए की नकदी लैके फरार हो गए। पीड़ित वल्लों थाना चोला साहब विखे घटना की सूचना दे दी गई है। ब्यूरो रिपोर्ट, अज दी आवाज। अमरजीत सिंह जी, पिंड चोला खुरद। रात जी चोर आए आ नगी 10-12-15, तो उन्होंने आन के मैनू नप लिया उत्थे ही, तो पिस्तौल रख दिता मेरी तो इतने कन पट्टी दे, सानू मुड़के आते भी जो कुछ हैगा दे दो। तो उन्होंने मुड़के अलमारी पुट के तोड़ के ये कड के लै गए सोना, जोड़ा मोटा मोटा। मैं दोवें जने, दूजी घर दी। हाँ, किस तरह आओ कंध टप के उधर दी आए आना कि पिछों, तो इधर सीधे आण के वड़ गए। ये बाहर सुती ही तो मैं अंदर सुता। अच्छा जी। मैनू पता ही नहीं लगा जदों, मैनू तो उदों पता लगा जदों उन्हें चवाने आण के नप लिया मैनू। अच्छा, तो मेरिया बाहां बन्न के पिछे, तो लत्तां भी बन्न लिया, तो मूँह जो कपड़ा भी देने फिरदे ही पर नहीं दिता उन्हें मुड़के। अच्छा। तो जिन्ना चिर मुड़के इधरले बन्ने आण के लुटते रहे, तो सोना लै गए 5,000 कैश है मेरे को। सोना 11 तोले है जी। ਉਹਨਾਂ ਕੋਲ 6 ਗੋਲੀ ਦਾ ਸੀ ਜੀ, ਉਹ ਪਿਸਤੌਲ, ਹੋਰ ਕਿਰਪਾਨਾਂ ਕਿਰਪੂਨਾਂ ਬਾਕੀ ਸਭ ਕੁਛ ਬਥੇਰਾ ਸੀ। ਇਹ 1 ਤੋਂ ਸ਼ੁਰੂ ਹੋਈ ਆ ਜੀ, ਅਤੇ 2 ਵਜੇ ਉਹ ਲੁੱਟ ਕੇ ਸਾਨੂੰ ਚਲੇ ਗਏ। ਇਸ ਸੰਬੰਧੀ ਕੋਈ ਪੁਲਿਸ ਨੂੰ ਕੰਪਲੇਂਟ ਕੀਤੀ ਹੈ ਜੀ? ਹਾਂਜੀ ਕੀਤੀ ਆ। ਅਤੇ ਪੁਲਿਸ ਮੌਕੇ 'ਤੇ ਪਹੁੰਚੀ ਨਹੀਂ ਹੈ? ਅਜੇ ਨਹੀਂ ਪਹੁੰਚੀ ਜੀ। ਬਲਵਿੰਦਰ ਕੌਰ, ਕੀ ਵਾਰਦਾਤ ਹੋਈ ਮਤਲਬ ਜੀ? ਭਾਅ ਜੀ ਅਸੀਂ ਤਾਂ ਸੁੱਤੇ ਹਾਂ, ਤਾਂ ਸੁੱਤਿਆਂ ਨੂੰ ਆਣ ਕੇ ਸਾਨੂੰ ਤਾਂ ਫੜ ਲਿਆ ਉਹਨਾਂ ਨੇ, ਬੰਦੀਆਂ ਬਣਾ ਕੇ ਅਤੇ ਅੰਦਰ ਵਾੜ ਲਿਆ ਵਾ, ਅੰਦਰ ਵਾੜ ਕੇ ਅਤੇ ਪਿਸਤੌਲ ਰੱਖ ਲਿਆ ਸਾਡੇ 'ਤੇ। ਹੈਂ, 4 ਜਣੇ ਸਾਡੇ ਕੋਲ ਆ ਗਏ, ਬਾਕੀ ਅੰਦਰ ਵੜ ਗਏ ਆ। ਕਿੰਨੇ ਕੁ ਬੰਦੇ ਸੀ? ਬੰਦੇ ਕਾਫੀ ਸੀ। ਅਤੇ ਕਿੰਨਾ ਕੁ ਨੁਕਸਾਨ ਹੋ ਗਿਆ ਜੀ ਆਪਣਾ? ਨੁਕਸਾਨ ਤਾਂ ਸਾਡਾ ਭਾਅ ਜੀ ਬਹੁਤ ਹੋ ਗਿਆ। ਕੀ ਲੱਗ ਗਿਆ ਚੋਰੀ ਕਰਕੇ ਜੀ? 2 ਤਾਂ ਸੈੱਟ ਸੀ ਬੂਟੀ ਦੇ, ਅਤੇ 3 ਛਾਪਾਂ ਸੀ, ਅਤੇ 1 ਚੈਨੀ ਸੀ, ਅਤੇ 1 ਜੋੜਾ ਵਾਲੀਆਂ ਦਾ ਸੀ। ਸਖਤ ਕਾਰਵਾਈ ਕੀਤੀ ਜਾਵੇ ਜਿਹੜਾ ਅੱਗੇ ਤੋਂ ਇਹਨਾਂ ਨੂੰ ਨੱਥ ਪਾਓ। ਚੋਲਾ ਖੁਰਦ ਜੀ, ਇਹਨਾਂ ਦੇ ਰਾਜ ਜੀ ਲਟੇਰੇ ਆਏ ਆ, ਤੇ ਉਹਨਾਂ ਨੇ ਇਹਨਾਂ ਨੂੰ ਅੰਦਰ ਕਾਬੂ ਕਰਕੇ ਤੇ ਉੱਤੇ ਹਥਿਆਰ ਰੱਖ ਕੇ ਉਹਨਾਂ ਦੇ ਕੰਨ ਤੇ ਅਮਰਜੀਤ ਦੇ, ਅਤੇ ਲੁੱਟ ਪੁੱਟ ਕੇ ਲੈ ਗਏ ਜੀ। ਸਾਰਾ ਤੁਹਾਡੇ ਗੱਡੀ ਸਾਹਮਣੇ ਆ ਜੀ, ਅਤੇ ਅਸੀਂ ਤਾਂ ਹੁਣ ਦੇਣੇ ਆਏ ਹਾਂ, ਅਤੇ ਸਾਨੂੰ ਦੱਸਿਆ ਤਾਂ ਹੁਣ ਅਸੀਂ ਪੁਲਿਸ ਨੂੰ ਰਿਪੋਰਟ ਕੀਤੀ ਆ, ਅਤੇ ਪੁਲਿਸ ਆ ਰਹੀ ਹੈ ਜੀ। ਅਤੇ ਬਿਮਾਰ ਬਹੁਤ ਜ਼ਿਆਦਾ ਇਹਨਾਂ ਨੁਕਸਾਨ ਹੋਇਆ, ਵਿਚਾਰੇ ਗਰੀਬ ਬੰਦੇ ਆ ਜੀ, ਅਤੇ ਲੁੱਟ ਪੁੱਟ ਕੇ ਲੈ ਗਏ ਆ। ਲੁੱਟਾਂ ਹੋਣੀਆਂ ਉਸ ਤਰ੍ਹਾਂ ਵਾਰਦਾਤਾਂ ਵਾ ਵੀ ਕਾਫੀ ਇਸ ਇਲਾਕੇ ਦੇ ਵਿੱਚ ਹੋ ਰਹੀਆਂ ਨੇ, ਬਹੁਤ ਜੀ ਬਹੁਤ। ਕੀ ਕਹਿਣਾ ਚਾਹੁੰਦੇ ਜੀ ਇਸ ਸੰਬੰਧ? ਅਸੀਂ ਤਾਂ ਇਹੋ ਜਾਂਦੇ ਹਾਂ ਵੀ ਪ੍ਰਸ਼ਾਸਨ ਦੇ ਗਾੜੀ ਇਹੋ ਬੇਨਤੀ ਕਰਦੇ ਹਾਂ ਵੀ ਤਗੜੇ ਹੋ ਗਏ ਇਹਨਾਂ ਨੂੰ, ਜਿਹੜਾ ਫੜਿਆ ਜਾਂਦਾ ਵਾ ਉਹਨੂੰ ਥੋੜ੍ਹਾ ਜਿਹਾ ਬਹੁਤਾ ਚਿਰ ਕੋਈ ਸਜ਼ਾ ਮਿਲੇ, ਕੋਈ ਉਹਨੂੰ ਤੁਸੀਂ ਆਪਾਂ ਉਸੇ ਵੇਲੇ ਛੱਡ ਦਿੰਦੇ ਹਾਂ ਜਿਹੜਾ, ਅਤੇ ਉਹ ਫਿਰ ਉਹਦਾ ਮਾਂ ਜਿਹੜਾ ਦਿਲ ਹੌਂਸਲੇ ਵਧੇ ਆ ਵੀ ਕੋਈ ਨਹੀਂ, ਜਿਹੜਾ ਆਪਾਂ ਗਏ ਤਾਂ ਆਪਾਂ ਆ ਜਾਣਾ ਵਾ, ਅਤੇ ਉਹਨੂੰ ਕੋਈ ਸਜ਼ਾ ਦਿੱਤੀ ਜਾਵੇ ਜਿਹੜਾ ਗਾੜੀ ਉਹਦਾ ਕਰੇਮ ਨਾ ਕਰੇ ਜੀ। ਇਹ ਬਹੁਤ ਮੰਦਭਾਗੀ ਖਬਰ ਆ ਜੀ, ਸਾਡੇ ਵਾਸਤੇ ਬਹੁਤ ਦੁੱਖ ਆ ਸਾਰੇ ਨਗਰ ਨੂੰ। ਵੇਖੋ ਕਿੱਦਾਂ ਸਾਰਾ ਨਗਰ ਇੱਥੇ ਆਣ ਕੇ ਬੈਠਾ ਵਾ, ਅਤੇ ਬਹੁਤ ਮਾੜੀ ਗੱਲ ਹੋਈ ਹੈ ਜੀ, ਬਹੁਤ ਮਾੜੀ ਗੱਲ ਹੋਈ। ਪਰ ਜਿਹੜੀ ਨਿੱਕੇ ਚੋਲੇ ਖੁਰਦ ਦੇ ਵਿੱਚ ਵਾਰਦਾ, ਤਾਂ ਉਸ ਬਾਰੇ ਤੁਹਾਡਾ ਕੀ ਕਹਿਣਾ ਜੀ? ਆਏ ਹਾਂ ਜੀ ਮੌਕੇ 'ਤੇ, ਮੌਕੇ 'ਤੇ ਸਭ ਕੁਝ ਦੇਖਿਆ ਵਾ, ਹੈ ਜੋ ਵੀ ਕਾਰਵਾਈ ਬਣਦੀ ਆ ਉਹ ਕੀਤੀ ਜਾਊਗੀ, ਅਤੇ ਪਰਚਾ ਦਰਜ ਕੀਤਾ ਜਾਊਗਾ, ਅਤੇ ਮੁਲਜ਼ਮਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾਊਗੀ।